ਅੱਜ ਅਸੀਂ ਪੰਜਾਬ ਡੈਸਕ ਤੇ ਤੁਹਾਨੂੰ ਦਿਖਾਣੇ ਆ ਪੰਜਾਬ ਦਾ ਅਜੀਹਾ ਪਿੰਡ ਜਿਸ ਨੂੰ NRI ਵੀਰਾ ਨੇ ਬੜੀ ਵਧੀਆ ਤਰੀਕੇ ਦੇ ਨਾਲ ਸ਼ਿੰਗਾਰਿਆ ਹੈ। ਗੱਲ ਕਰਦੇ ਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਪਠਲਾਵਾ ਜਿੱਥੇ ਆਪਸੀ ਭਾਈਚਾਰਕ ਸਾਂਝ ਹੈ ਉੱਥੇ ਹੀ ਪਿੰਡ ਵੜਦੇ ਸਾਰ ਹੀ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਕਿਸੇ ਸ਼ਹਿਰ ਦੇ ਸੁੰਦਰ ਮਹੱਲੇ ਦਾ ਨਜ਼ਾਰਾ ਹੋਵੇ। ਪਿੰਡ ਪਠਲਾਵਾ ਜਿੱਥੇ NRI ਵੀਰਾ ਨੇ ਇਸ ਪਿੰਡ ਦੀ ਨੁਹਾਰ ਬਦਲੀ ਹੈ ਉੱਥੇ ਹੀ ਪਿੰਡ ਦੀਆਂ ਪੰਚਾਇਤਾਂ ਨੇ ਵੀ ਪਿੰਡ ਨੂੰ ਵਧੀਆ ਬਣਾਉਣ ਦੇ ਲਈ ਪੂਰਾ ਸਹਿਯੋਗ ਕੀਤਾ ਹੈ। ਜਿੱਥੇ ਇਸ ਪਿੰਡ ਪਠਲਾਵੇ ਦੇ ਵਿੱਚ ਗੁਰਦੁਆਰਾ ਵੱਡਾ ਜੋ ਸੰਤ ਕਨਈਆ ਜੀ ਦੇ ਨਾਮ ਦੇ ਨਾਲ ਪ੍ਰਚਲਿਤ ਹੈ ਜਿੱਥੇ ਦੂਰੋਂ ਦੂਰੋਂ ਲੋਕ ਆ ਕੇ ਨਤਮਸਤਕ ਹੁੰਦੇ ਨੇ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਨੇ। ਉੱਥੇ ਹੀ ਇਸ ਨਗਰ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਇਸ ਨਗਰ ਦੇ ਵਿੱਚ ਸ਼ੰਕਰ ਭਗਵਾਨ ਜੀ ਦਾ ਮੰਦਿਰ ਵੀ ਮੌਜੂਦ ਹੈ ਜਿੱਥੇ ਮਹਾ ਸ਼ਿਵਰਾਤਰੀ ਉਤਸਵ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੂਹ ਨਗਰ ਵਾਸੀ NRI ਵੀਰ ਮਨਾਉਂਦੇ ਨੇ। ਉੱਥੇ ਹੀ ਇਸ ਨਗਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਵੀ ਮੌਜੂਦ ਹੈ ਜਿੱਥੇ ਹਰ ਇੱਕ ਗੁਰਪੁਰਬ ਸਮੂਹ ਨਗਰ ਵਾਸੀ NRI ਵੀਰ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਨੇ। ਇਸ ਨਗਰ ਦੇ ਵਿੱਚ ਬਾਬਾ ਢੇਰੂ ਜੀ ਦਾ ਅਸਥਾਨ ਵੀ ਮੌਜੂਦ ਹੈ ਜਿੱਥੇ ਹਰ ਸਾਲ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਇਸ ਅਸਥਾਨ ਤੇ ਧਾਰਮਿਕ ਮੇਲਾ ਲੱਗਦਾ ਹੈ ਜਿੱਥੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਜਿੰਨਾ ਇਹ ਪਿੰਡ ਸੋਹਣਾ ਹੈ ਓਨੇ ਹੀ ਇਸ ਨਗਰ ਦੇ ਸੋਹਣੇ ਲੋਕ ਨੇ ਜੋ ਪਿੰਡ ਦੀ ਤਰੱਕੀ ਦੇ ਲਈ ਹਮੇਸ਼ਾ ਹੀ ਯਤਨ ਕਰਦੇ ਨੇ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪਿੰਡ ਦੇ ਵਿੱਚ ਜਿੱਥੇ NRI ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਦੀ ਨੁਹਾਰ ਬਦਲੀ ਹੈ, ਪਿੰਡ ਦੀਆਂ ਪੰਚਾਇਤਾਂ ਨੇ ਯੋਗਦਾਨ ਪਾਇਆ ਹੈ, ਉੱਥੇ ਹੀ ਏਕ ਨੂਰ ਸੰਸਥਾ ਵੱਲੋਂ ਵੀ ਇਸ ਪਿੰਡ ਦੇ ਵਿੱਚ ਵੱਡਮੁੱਲਾ ਯੋਗਦਾਨ ਹੈ ਜਿੱਥੇ ਪਿੰਡ ਨੂੰ ਸ਼ਿੰਗਾਰਨ ਦੇ ਵਿੱਚ ਉਹਨਾਂ ਵੱਲੋਂ ਪਿੰਡ ਦੇ ਆਲੇ ਦੁਆਲੇ ਦਰਖਤ ਲਗਾਏ ਗਏ ਨੇ ਜਿੱਥੇ ਕਿ ਵਾਤਾਵਰਨ ਸ਼ੁੱਧ ਰਹਿ ਸਕੇ। ਆਓ ਗੱਲਬਾਤ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ ਤੇ ਜਾਣਦੇ ਹਾਂ ਇਸ ਪਿੰਡ ਬਾਰੇ। ਬਜ਼ੁਰਗੋ ਕੀ ਕਹੋਗੇ ਪਿੰਡ ਪਠਲਾਵਾ ਜਿਹੜਾ ਪਿੰਡ ਹੈ ਇਹ ਕਿੰਨੀ ਕੁ ਦੂਰੀ ਇਹਦੀ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਹੈ? ਕੋਈ 20 ਕਿਲੋਮੀਟਰ 20 ਕਿਲੋਮੀਟਰ। ਹਾਂਜੀ, ਕਿਹੋ ਜਿਹਾ ਤੁਹਾਡਾ ਪਿੰਡ ਪਠਲਾਵਾ ਜੀ? ਪਿੰਡ ਆ ਵੀ ਪਿੰਡ ਚੜ੍ਹਦੀ ਕਲਾ 'ਚ ਹੈਗਾ ਜੀ। ਅਤੇ ਜੇ ਤੁਸੀਂ ਪੰਚਾਇਤ ਬਾਰੇ ਪੁੱਛਣਾ ਚਾਹੋ ਤਾਂ ਚੜ੍ਹਦੀ ਕਲਾ ਵਿੱਚ ਕੰਮ ਹੋਇਆ ਜੀ, ਸਰਪੰਚ ਜੀ ਦੇ ਜੀ, ਸਰਪੰਚ ਸਾਹਿਬ ਉਹਨਾਂ ਨੇ ਕੀਤਾ ਤੇ ਸਕੂਲ ਵਧੀਆ ਬਣਾਇਆ ਹੈਗਾ ਜੀ। ਤੇ ਪਿੰਡ ਦੇ ਵਿੱਚ ਸੜਕਾਂ ਇੰਟਰਲੋਕ ਲੱਗੇ ਆ ਤੇ ਨਾਲੀਆਂ 'ਚ ਆਪਣੇ ਪੈਪ ਆਏ ਆ ਸੀਵਰੇਜ, ਤੇ ਬਾਕੀ ਜਿਹੜਾ ਪਾਣੀ ਦਾ ਟੂਟੀਆਂ ਦਾ ਪਾਣੀ ਆ ਉਹਦੇ ਪੈਪ ਆਏ ਆ ਤੇ ਕੁਛ ਥੋੜੇ ਪੁਆਇੰਟ ਰਹਿੰਦੇ ਆ ਤੇ ਉਹਦਾ ਕੰਮ ਚੱਲ ਰਿਹਾ। ਤੇ ਮਤਲਬ ਪਿੰਡ ਦੇ ਵਿੱਚ ਕਾਫੀ ਡਿਵੈਲਪਮੈਂਟ ਹੋ ਚੁੱਕੀ ਹੈ? ਬਹੁਤ ਵਧੀਆ ਹੋਈ ਹੈ, ਆਪਸੀ ਭਾਈਚਾਰਕ ਸਾਂਝ ਬਹੁਤ ਹੈ ਕਹਿੰਦੇ? ਹਾਂਜੀ ਹਾਂਜੀ ਹੈਗਾ ਜੀ, ਚੱਲੀ ਜਾਂਦਾ ਕੰਮ ਬਹੁਤ ਥੋੜਾ ਪਿਆਰ ਦੇ ਨਾਲ ਜੀ, ਤੇ ਪੰਚਾਇਤ ਦਾ ਕੰਮ ਹੋਈ ਚੱਲਣਾ ਜੀ। ਹਾਂਜੀ, ਪਹਿਲੀਆਂ ਪੰਚਾਇਤਾਂ ਨੇ ਵੀ ਕਹਿੰਦੇ ਵਧੀਆ ਕੰਮ ਕੀਤਾ। ਦੇਖੋ ਜੀ, ਜੋ ਵੀ ਪੰਚਾਇਤ ਆਈ ਆ ਪਿੰਡ ਦੇ ਵਿੱਚ ਹਰ ਇੱਕ ਨੇ ਆਪਣਾ ਜ਼ੋਰ ਲਾਇਆ, ਆਪਣਾ ਯੋਗਦਾਨ ਪਾਇਆ ਪਿੰਡ ਦੀ ਤਰੱਕੀ ਦੇ ਲਈ, ਆਪਣਾ ਜ਼ੋਰ ਲਾਇਆ ਪੂਰਾ ਜੀ, ਤੇ ਪਿੰਡ ਦੀ ਬਿਹਤਰੀ ਲਈ, ਤਰੱਕੀ ਲਈ, ਤੇ ਸਾਡਾ ਪਿੰਡ ਬਹੁਤ ਉੱਚੀ ਸੋਹਣਾ ਪਿੰਡ ਬਣਾਵੇ ਬਣਾਤਾ ਹੈ। ਹਾਂਜੀ, ਤੇ ਬਜ਼ੁਰਗੋ ਜਿਹੜਾ ਧਾਰਮਿਕ ਅਸਥਾਨ ਕਿੰਨੇ ਆ ਤਕਰੀਬਨ? ਦੇਖੋ ਜੀ, ਧਾਰਮਿਕ ਸਥਾਨ ਤਾਂ ਹੈਗੇ ਆ, ਮੰਦਰ ਵੀ ਆ, 5-6 ਕੈ ਮੰਦਰ ਵੀ ਹੈਗੇ ਆ, ਮੰਦਰ ਸ਼ੰਕਰ ਭਗਵਾਨ ਦਾ ਜੀ, ਆਪਣੇ ਸ਼ਿਵ ਜੀ ਦਾ, ਸ਼ੰਕਰ ਭਗਵਾਨ ਦਾ। ਅੱਛਾ ਜੀ, ਤੇ ਗੁਰਦੁਆਰਾ ਸਾਹਿਬ ਵੀ? ਗੁਰਦੁਆਰਾ ਸਾਹਿਬ ਸਾਡੇ ਬੜਾ ਗੁਰਦੁਆਰਾ ਸਾਹਿਬ ਜੀ, ਸੰਤ ਬਾਬਾ 108 ਬ੍ਰਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਜੀ ਦੇ ਜੀ, ਤੇ ਉਹਨਾਂ ਦੇ ਤਪੋ ਸਥਾਨ ਹੈਗਾ ਜੀ, ਤੇ ਜਿਹਨਾਂ ਦੀ ਸੇਵਾ ਇਸ ਵਕਤ ਸੰਤ ਬਾਬਾ ਗੁਰਬਚਨ ਸਿੰਘ ਜੀ ਕਰ ਰਹੇ ਆ ਜੀ, ਬੜੇ ਆਪਣੇ ਜ਼ੋਰ ਪੂਰਾ ਨਾਲ ਪੂਜਾ ਕਰਕੇ ਆਪਣੀ ਸੰਗਤਾਂ ਦੀ ਸੇਵਾ ਕਰ ਰਹੇ ਆ, ਲੰਗਰ 24 ਘੰਟੇ ਚੱਲਦਾ ਆ ਜੀ। ਤੇ ਹਾਂਜੀ,
ਤੇ ਇਹ ਦੱਸਿਓ ਕਿੱਦਾਂ ਮਤਲਬ ਕਹਿਣ ਦਾ ਜਿਹੜੇ ਮਹਾਂਪੁਰਸ਼ ਇੱਥੇ ਦੇ ਸੀ ਉਹਨਾਂ ਦਾ ਨਾਮ ਪੂਰਾ ਕੀ ਸੀ? ਸੰਤ ਬਾਬਾ ਕਨਈਆ ਸਿੰਘ ਜੀ। ਕਨਈਆ ਸਿੰਘ ਜੀ ਨੇ ਜਿਨ੍ਹਾਂ ਨੇ ਫਿਰ ਬਜ਼ੁਰਗ ਦੱਸ ਆਨੰਦਗੜ੍ਹ ਕਿਲੇ ਦੀ ਸੇਵਾ ਜਿਨ੍ਹਾਂ ਨੇ ਜਿਹੜੀ ਕਿ ਉਸ ਸਮੇਂ ਤੋਂ ਬਹੁਤ ਢਹਿ ਢੇਰੀ ਹੋ ਚੁੱਕੀ ਸੀ ਹਾਂਜੀ, ਤੇ ਉਹਦੀ ਉਸਾਰੀ ਫਿਰ ਉਹਨਾਂ ਸੰਤ ਬਾਬਾ ਕਨਈਆ ਸਿੰਘ ਜੀ ਨੇ ਆਪਣੇ ਘਰ ਕਮਲਾ ਨਾਲ ਕੀਤੀ। ਇਹਨਾਂ ਨੂੰ ਸੇਵਾ ਮਿਲੀ ਹੋਣੀ ਤੇ ਹਾਂਜੀ ਪਾਣੀ ਜਿਹੜਾ ਸਾ ਪੀਣ ਯੋਗ ਨਹੀਂ ਸਾ। ਅੱਛਾ ਜੀ। ਹਾਂਜੀ ਉੱਥੇ ਪਾਣੀ ਬੌਂਡੀ ਸਾਹਿਬ ਦਾ ਪਾਣੀ ਸਾ ਜਿਹੜਾ ਬੌਲੀ। ਅੱਛਾ ਜੀ। ਹਾਂਜੀ ਉਹ ਪੀਣ ਯੋਗ ਨਹੀਂ ਸਾ ਜੀ। ਉਹਨਾਂ ਨੇ ਆਪਣੇ ਨਾਮ ਭਜਨ ਨਾਲ ਜੀ ਉਸ ਪਾਣੀ ਨੂੰ ਪਵਿੱਤਰ ਕੀਤਾ। ਬਹੁਤ ਜ਼ਿਆਦਾ ਜੀ ਇੱਥੇ ਤਾਂ ਗਏ ਹੋਗਾ ਤਕਰੀਬਨ ਹਰੇਕ ਘਰ ਛੱਡ ਕੇ ਹਰੇਕ ਘਰ ਚ ਗਿਆ ਕੋਈ ਨਾ ਕੋਈ। ਹਾਂਜੀ ਹਾਂਜੀ ਇਟਲੀ ਕਨੇਡਾ ਅਮਰੀਕਾ ਦੁਬਈ ਮਾਸਕੋ ਸਾਰੇ ਹੀ ਗਏ ਹੋ ਤਕਰੀਬਨ। ਪਿੰਡ ਦੇ ਵਿੱਚ ਐਨ ਆਰ ਆਈ ਵੀਰਾਂ ਦਾ ਹਰ ਇੱਕ ਉੱਦਾਂ ਤਾਂ ਪਿੰਡਾਂ ਦੇ ਵਿੱਚ ਸਹਿਯੋਗ ਹੀ ਅੱਜ ਵਿਦੇਸ਼ੀਆਂ ਦਾ ਸਹਿਯੋਗ ਹੈ ਕਿਉਂਕਿ ਐਨ ਆਰ ਆਈ ਪਿੰਡਾਂ ਨੂੰ ਵਧੀਆ ਬਣਾ ਰਹੇ ਨੇ। ਕੀ ਕਹੋਗੇ ਪਿੰਡ ਦੇ ਵਿੱਚ ਕਿੰਨਾ ਕੁ ਸਹਿਯੋਗ ਹੈ ਅੰਕਲ? ਬਹੁਤ ਸਹਿਯੋਗ ਹੈ ਜੀ, ਕਾਫੀ ਪੈਸਾ ਇਕੱਠਾ ਇਕੁੱਠਾ ਕਰਕੇ ਭੇਜਦੇ ਆ ਪਿੰਡ ਦੀ ਡਿਵੈਲਪਮੈਂਟ 'ਤੇ ਲਾਉਂਦੇ ਆ। ਸਰਪੰਚ ਸਾਹਿਬ ਵੀ ਚੰਗੇ ਆ, ਕੋਈ ਆਪਣੇ ਕੋਲੋਂ ਵੀ ਖਰਚਾ ਕਰਦੇ ਸਭ ਕੁਛ ਕਰਦੇ ਆ। ਬਹੁਤ ਵਧੀਆ, ਪੰਚਾਇਤਾਂ ਨੇ ਜਿੰਨਾ ਵੀ ਰੋਲ ਕੀਤਾ ਵਧੀਆ, ਬਹੁਤ ਵਧੀਆ ਕੀਤਾ ਜੀ, ਬਹੁਤ ਵਧੀਆ ਕਰੀ ਜਾਂਦੇ ਆ। ਐਨਆਰਆਈਆਂ ਦੀ ਵੀ ਕਹਿੰਦੇ ਦੇਣ, ਇਹ ਜਿਹੜੀ ਮਤਲਬ ਕਹਿਣ ਦਾ ਇਹ ਹਰ ਸਾਲ ਪੇੜ ਵਗੈਰਾ ਵੀ ਲਗਾਉਂਦੇ? ਹਾਂਜੀ ਹਾਂਜੀ ਪੇੜ ਵੀ ਲਗਾਉਂਦੇ ਜੀ। ਇੱਕ ਨੂਰ ਸਵੀ ਸੰਸਥਾ ਆ। ਅੱਛਾ ਜੀ। ਉਹ ਬਹੁਤ ਦੁਆ ਕਰਦੇ ਆ ਇੱਥੇ ਆਲੇ ਦੁਆਲੇ ਜਿੰਨੇ ਵੀ ਪਿੰਡ ਆ ਪੰਜਾਬ ਦੇ ਜੀ, ਉਹਨਾਂ ਨੂੰ ਸੱਦ ਕੇ ਕੁੜੀਆਂ ਨੂੰ ਜਿਹਦੇ ਨਹੀਂ ਗਰੀਬ ਆ ਜਾਂ ਕੋਈ ਅੰਗਹੀਣ ਟ੍ਰਾਈਸਾਈਕਲ ਜਾਂ ਦਿੰਦੇ ਉਹ ਚਲਾਉਣੇ ਵਾਲੇ ਲੋੜਵੰਦਾਂ ਨੂੰ ਜੀ, ਉਹ ਤਾਂ ਸਾਲ ਦੇ ਵਿੱਚ 3-4 ਵਾਰੀ ਪ੍ਰੋਗਰਾਮ ਕਰਦੇ ਆ ਇੱਥੇ ਵੀ ਏਕ ਨੂਰ ਵਾਲੇ। ਹਾਂਜੀ ਹਾਂਜੀ ਨਾਲੇ ਕਰਦੇ ਹੀ ਰਹਿੰਦੇ ਕਿਤੇ ਨਾ ਕਿਤੇ, ਇੱਥੇ ਤਾਂ ਹੁੰਦਾ ਹੀ ਆ। ਹਾਂਜੀ ਹਾਂਜੀ ਮਤਲਬ ਮਦਦ ਹਰ ਵੇਲੇ ਲੋੜਵੰਦ ਦੀ ਕਰਦੇ 24 ਘੰਟੇ ਚੌਵੀ ਘੰਟੇ ਜੀ, ਕੋਈ ਪਿੰਡ ਦਾ ਗਰੀਬ ਆਦਮੀ ਉਹਦੀ ਵੀ ਮਦਦ ਕਰਦੇ ਆ। ਅੱਛਾ ਜੀ, ਹਰ ਵੇਲੇ ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਜੀ। ਜੀ ਕੀ ਕਹੋਗੇ ਪਿੰਡ ਦਾ ਨਾਮ ਜਿਹੜਾ ਪਟਰਾਵੇ ਦਾ, ਨਾਮਵਰ ਸ਼ਖਸੀਅਤਾਂ ਵੀ ਹੋਈਆਂ ਜਿਨ੍ਹਾਂ ਨੇ ਉੱਚਾ ਕੀਤਾ? ਸੰਤ ਬਾਬਾ ਕਨਈਆ ਸਿੰਘ ਜ਼ਿਆਦੇ ਜੀ ਇੱਥੇ ਚੱਲਦਾ ਜੀ, ਅਤੇ ਬਾਕੀ ਹੋਰ ਇਹਨਾਂ ਆਈ ਵੀਰ ਆ ਕਈ, ਹੁਣ ਇੱਥੇ ਆ ਜਗ੍ਹਾ 'ਤੇ ਕਹਿੰਦੇ ਆ ਮਾਸਟਰ ਸੰਤੋਖ ਸਿੰਘ ਜੀ ਸੀ, ਉਹਨੀ 3 ਵਾਲੇ ਸਹਿ ਦਿੱਤਾ ਇੱਥੇ ਬੱਸ ਸਟੈਂਡ ਬਣਾਉਣਾ ਕਹਿੰਦੇ। ਬੈਠਣ ਮੇਰੇ 2 ਟਰੱਕ ਸੀ ਯੂਨੀਅਨ ਦੇ ਵਿੱਚ ਖੜੇ, ਜਾਂ ਮੰਡੀਆਂ ਚੱਲੀਆਂ ਨਾ ਜੀ ਅੱਜ ਕੱਲ੍ਹ ਇਹ ਦਾਣਾ ਮੰਡੀਆਂ, ਉਹ ਸਾਡੇ ਟਰੱਕ ਵੀ ਨਾ ਆਣ ਦੇਣ ਲੱਦਣ ਮੰਡੀ ਚੋਂ ਇਹੀ ਦਿਨ ਸੀ, ਉਹ ਕਹਿੰਦੇ ਜੀ ਕਰੋਨਾ ਆ ਪਿੰਡ ਨੂੰ, ਟਰੱਕਾਂ ਥੋੜਾ ਕਰੋਨਾ ਦਾ, ਮੇਰੇ ਟਰੱਕ ਵੀ ਨਹੀਂ ਲੱਦਣ ਆਣ ਦੇਣ ਜੀ ਆ ਮੰਡੀ 'ਚ, ਉਹਨੂੰ ਇੱਥੇ ਨਹੀਂ ਭੇਜਣਾ ਜੀ, ਮੁਕੰਦਪੁਰ ਭੇਜੋ ਉਹਨਾਂ ਨੂੰ, ਸਾਨੂੰ ਤਾਂ ਜਾਣਾ ਹੀ ਡਰਾਈਵਰ, ਚਲੋ ਸਾਡੇ ਉੱਧਰ ਲੈ ਸੇ ਉਹ ਵਿਚਾਰੇ, ਇੱਕੋ ਡਰਾਈਵਰ ਸਾ ਉਹੀ ਚਲਾਉਂਦਾ ਰਿਹਾ ਹੌਲੀ, ਪਿੰਡ ਗੱਡੀ ਵੀ ਸਾਨੂੰ ਤਾਂ ਜਾਣੇ ਨਹੀਂ ਦਿੰਦੇ ਬਾਹਰ, ਬਸ ਇੱਥੋਂ ਸਾਨੂੰ ਬੈਠਿਆਂ ਨੂੰ ਡਰਾ ਦਿਆ ਕਰਨ ਭੱਜੋ ਕੱਲ੍ਹ ਨੂੰ। ਬਹੁਤ ਵਧੀਆ ਕਰ ਚੁੱਕੇ ਆ, ਹਜੇ ਵੀ ਕਰਾਈ ਜਾਂਦੇ ਸਰਪੰਚ ਸਾਹਿਬ ਲੱਗੇ ਹੋ ਆ, ਪਿੰਡ ਦੇ ਵਿੱਚ ਵੀ ਹਰ ਇੱਕ ਚੀਜ਼ ਹੈਗੀ ਆ, ਹਰੇਕ ਚੀਜ਼ ਹੈਗੀ ਆ, ਲੈਟਰੀਨ ਬਾਥਰੂਮ ਸਭ ਕੁਝ ਹੈਗਾ ਜੀ, ਡਿਸਪੈਂਸਰੀ ਆ ਪਿੰਡ ਦੀ ਸਭ ਕੁਝ ਆ, ਬੈਂਕ ਆ ਕੋਆਪਰੇਟਿਵ ਸੋਸਾਇਟੀ ਵੀ ਹੈਗੀ ਆ, ਉਦਾਂ ਵੀ ਬੈਂਕ ਹੈਗੀ ਕੋਆਪਰੇਟਿਵ ਸੋਸਾਇਟੀ ਦੀ ਜੀ। ਹਾਂਜੀ ਤੇ ਆ ਮੈਂ ਕਹਿੰਦਾ ਸ਼ੈੱਡਾਂ ਛੋਡਾਂ ਜਿਹੜੀਆਂ ਬੱਸ ਸਟੈਂਡ ਬਣਾਏ ਹੈ ਜੇ, ਇਹ ਬਾਹਰਲਿਆਂ ਨੇ ਬਣਾਏ ਜਾਂ ਪਿੰਡ ਦੇ ਇਹ ਸਰਪੰਚ ਨੇ ਬਣਾਏ ਜੀ? ਹਾਂਜੀ 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 ਹੁਣ ਪੂਰਾ ਕੀਤਾ। ਹਾਂਜੀ 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 ਤਕਰੀਬਨ ਆਬਾਦੀ ਕਿੰਨੀ ਕੁ ਅੰਕਲ ਜੀ?
बहुत जो समा है रुजगार की खातर लोग बहर ही जा रहे हैं बहुत आने वाला टाइम जो नौजवान है इतने घट मिलने है आने वाली पीढ़ी उधर ही होनी उधर तकरीबन है ही उधर ही गई सारी हां ਇੱਥੇ ਤਾਂ ਬਾਬਾ ਇਹ ਆ ਹੁਣ ਪ੍ਰਵਾਸੀ ਉਹ ਹੀ ਕੰਮ ਕਰਦੇ ਜੀ ਆਪਣੇ ਕਰਦੇ ਵੀ ਹੈ ਨਹੀਂ ਬਜ਼ੁਰਗ ਨਹੀਂ ਆਪਣੇ ਨਹੀਂ ਕਰਦੇ ਜੀ ਆਪਣੇ ਤਾਂ ਇੱਥੇ ਘੁੰਮੀ ਜਾਂਦੇ ਬਸ ਕਰਨਾ ਨਹੀਂ ਉਹਨੂੰ ਪਤਾ ਵੀ ਦਾਣੇ ਮਿਲੇ ਜਾਣੇ ਆ ਤੇ ਗਾਲਿਆਂ ਦੇ ਉਹ ਜਿਹੜੇ ਆਟਾ ਦਾਲ ਵਾਲੇ ਕਰਨਾ ਨਹੀਂ ਕੁਛ ਵੀ ਇਹ ਵੀ ਇੱਕ ਸੋਚਣ ਵਾਲੀ ਇਹ ਚਿੰਤਾ ਦਾ ਵਿਸ਼ੇ ਹੈ ਜਿਹੜੇ ਕਿ ਪੰਜਾਬ ਦੇ ਪਿੰਡ ਖਾਲੀ ਹੁੰਦੇ ਜਾ ਰਹੇ ਆ ਸਰਗੋ ਸਰਕਾਰਾਂ ਨੂੰ ਵੀ ਚਾਹੀਦਾ ਕਿ ਰੁਜ਼ਗਾਰ ਪੈਦਾ ਕਰਨ ਨੌਕਰੀ ਮਿਲ ਨਹੀਂ ਰਹੀ ਵੀ ਕੀ ਕਰਨ ਬੰਦੇ ਇੱਥੇ ਕੀ ਕਰਨ ਉਹ ਜਾਣਾ ਹੀ ਹੈ ਕਿਤੇ ਨਾ ਕਿਤੇ ਬਾਹਰ ਭਾਵੇਂ ਇਹਨਾਂ ਵੀ ਔਖਾ ਕੰਮ ਕਰਨਾ ਪਿੰਡ 'ਚ ਵਿਆਹ ਕਰਦੇ ਆ ਲੜਕੀ ਦਾ ਜੀ 10,000 ਮਤ ਕਰਦੇ ਆ ਉਹ ਨਹੀਂ ਉਹ ਉਹਨਾਂ ਵੱਲੋਂ ਬਹੁਤ ਵਧੀਆ ਸਲਾਘਾ ਅਸੀਂ ਵੀ ਕਈ ਵਾਰ ਸੁਣਿਆ ਵੀ ਹੈ ਤਾਂ ਦੇਖਿਆ ਵੀ ਬਹੁਤ ਲੜਕੀਆਂ ਦਾ ਬਹੁਤ ਮਦਦ ਕਰਦੇ ਜੀ ਵੱਧ ਵੀ ਕਰ ਦਿੰਦੇ ਕੁਲਦੀਪ ਵੀ ਦਿੰਦਾ ਉਹ ਮਤ ਕਰ ਦਿੰਦੇ ਜੀ ਪਰ ਮੈਂ ਕਹਿੰਦਾ ਇਹੋ ਜਿਹੀਆਂ ਸੰਸਥਾਵਾਂ ਹਰ ਇੱਕ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਜਿਹੜੇ ਕਿ ਉਹ ਸਮਾਜ ਨੂੰ ਵੀ ਸੇਧ ਦੇ ਰਹੇ ਜਿਹੜੇ ਲੋੜਵੰਦਾਂ ਦੀ ਇਹੋ ਜਿਹੀ ਏਕ ਨੂਰ ਸੰਸਥਾ ਜਿਹੜੀ ਮਦਦ ਕਰ ਰਹੀ ਹੈ ਇਹ ਬੜੀ ਸ਼ਲਾਘਾਯੋਗ ਕਦਮ ਹੈ ਤੁਹਾਨੂੰ ਵੀ ਮਾਣ ਹੈ ਪਿੰਡ ਵਾਸੀਆਂ ਨੂੰ ਵੀ ਸਾਨੂੰ ਬਹੁਤ ਮਾਣ ਆ ਉਹਨਾਂ ਦੀ ਸੱਚੀ ਗੱਲ ਹੈ ਜੀ ਹੋਣਾ ਵੀ ਚਾਹੀਦਾ ਹੈ ਹੋਣਾ ਵੀ ਚਾਹੀਦਾ ਕੋਈ ਗੱਲਬਾਤ ਹੁੰਦੀ ਅੱਜ ਦਾ ਪੁਲ ਆਪਦੀ ਦਾ ਉਹਨਾਂ ਦੀ ਸਹਾਇਤਾ ਨਾਲ ਹੀ ਬਣਿਆ ਇੱਧਰ ਪੁਲ ਬਣਾਇਆ ਉਹ ਬੰਗਿਆਂ ਦੇ ਰਾਹ ਦੇ ਵਿੱਚ ਪੁਲ ਬਣਾਇਆ ਉਹਨਾਂ ਦੀ ਸਹਾਇਤਾ ਨਾਲ ਹੀ ਬਣਿਆ ਟਿੱਕੇ ਵਾਲਾ ਪਰ ਨਹਿਰ ਵਾਲਾ ਮਦਦ ਕਰਦੇ ਹੁਣ ਬਜ਼ੁਰਗ ਕਿੰਨੇ ਕੁ ਇੱਥੇ ਨੌਜਵਾਨ ਹੈ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਹੈਗੇ ਆ ਜਾਂ ਸਾਰੇ ਬਾਹਰ ਚਲੇ ਗਏ ਹੈਗੇ ਨਹੀਂ ਰਹਿੰਦੇ ਹਜੇ ਵੀ ਹੈ ਨੌਜਵਾਨ ਤਾਂ ਕੋਈ ਆਪਣੀ ਖੇਤੀ ਖੁੱਤੀ ਕਰਦੇ ਆ ਕੋਈ ਦਿਹਾੜੀ ਜੱਪਾ ਕਰਦਾ ਨੌਕਰੀ ਤਾਂ ਹੈ ਨਹੀਂ ਗਾ ਨੌਕਰੀ ਤਾਂ ਬਹੁਤ ਘੱਟ ਆ ਇਹ ਪਹਿਲਾ ਜਿਹੜਾ ਪਿੰਡ ਸੀ ਅੰਕਲ ਜੀ ਇਹ ਮੈਂ ਕਹਿੰਦਾ ਨਵਾਂ ਸ਼ਹਿਰ ਦਾ ਆਖਰੀ ਪਿੰਡ ਹੀ ਤੋਂ ਅੱਗੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਸ਼ੁਰੂ ਹੋਈ ਹਾਂਜੀ ਅਗਲਾ ਹੁਸ਼ਿਆਰਪੁਰ ਤੋਂ ਸ਼ੁਰੂ ਹੋ ਜਾਂਦਾ ਇੱਥੋਂ ਮਸੀਮੇ ਤੋਂ ਅਤੇ ਬਿੰਜੋਂ ਪਿੰਡ ਪੈਂਦਾ ਅੱਗੇ ਹੁਸ਼ਿਆਰਪੁਰ ਜ਼ਿਲ੍ਹਾ ਸ਼ੁਰੂ ਹੁੰਦਾ ਇੱਧਰ ਮੋਰਾਲੀ ਪੈਂਦਾ ਇੱਥੋਂ ਵੀ ਹੁਸ਼ਿਆਰਪੁਰ ਸ਼ੁਰੂ ਹੋ ਜਾਂਦਾ ਹੁਸ਼ਿਆਰਪੁਰ ਦਾ ਆਖਰੀ ਹੈ ਹਾਂਜੀ ਆਖਰੀ ਹੈ ਹਲਕਾ ਨਵਾਂ ਸ਼ਹਿਰ ਦੇ ਪਿੰਡ ਹੁੰਦਾ ਸੀਗਾ ਨਵੇਂ ਸ਼ਹਿਰ ਚ ਹੁਣ ਉਹ ਤੋਂ ਬਾਅਦ ਹੁਣ ਸਾਡਾ ਬੰਗਿਆਂ ਨਾਲ ਲੱਗ ਗਿਆ ਤਹਿਸੀਲ ਨਾਲ ਹਾਂਜੀ ਬਾਕੀ ਸੱਤੇ ਉੱਚਾ ਚਿੱਕਾ ਸਾਰਾ ਨਵੇਂ ਸ਼ਹਿਰ ਚ ਸਾਡਾ ਪਿੰਡ ਹੁਣ ਇੱਧਰ ਲੱਗ ਗਿਆ ਹੁਣ ਪਹਿਲਾਂ ਇਹ ਤੋਂ ਪਹਿਲਾਂ ਜਦੋਂ ਇਹ ਨਵਾਂ ਸ਼ਹਿਰ ਜ਼ਿਲ੍ਹਾ ਨਹੀਂ ਬਣਿਆ ਸੀ ਪਹਿਲਾਂ ਪਿੰਡ ਇਹ ਜਲੰਧਰ ਜ਼ਿਲ੍ਹੇ ਸੀਗਾ ਜੀ ਜ਼ਿਲ੍ਹੇ ਨੂੰ ਜਲੰਧਰ ਨੂੰ ਜਾਣਾ ਪੈਂਦਾ ਸੀ ਕੋਈ ਵੀ ਕੰਮ ਕਰਾਉਣਾ ਜਲੰਧਰ ਜਾਣਾ ਪੈਂਦਾ ਸਾਨੂੰ ਹੁਣ ਜਦ ਦਾ ਨਵਾਂ ਸ਼ਹਿਰ ਬਣਿਆ ਜਦ ਦਾ ਸਾਡਾ ਕੋਈ ਵੀ ਕੰਮ ਇੱਥੇ ਨਵੇਂ ਸ਼ਹਿਰ ਹੁੰਦਾ ਹਾਂਜੀ ਹਾਂਜੀ ਕਾਫੀ ਦੂਰ ਪੈਂਦਾ ਹੋਣਾ ਜਲੰਧਰ ਇਹ ਤੋਂ ਪੈਂਦਾ 50 ਕਿਲੋਮੀਟਰ ਜੀ 55 ਕਿਲੋਮੀਟਰ ਜਲੰਧਰ ਹੀ ਜ਼ਿਲ੍ਹਾ ਹੀ ਜੀ ਹਾਂਜੀ ਨਹੀਂ ਜਲੰਧਰ ਸਾਨੂੰ ਇੱਥੋਂ 55 ਕਿਲੋਮੀਟਰ ਆ ਉਸ ਵੇਲੇ ਤਾਂ ਜ਼ਿਲ੍ਹਾ ਹੀ ਸੀ ਉਸ ਵੇਲੇ ਜ਼ਿਲ੍ਹਾ ਸਾ ਜੀ ਬੜਾ ਔਖਾ ਸੀ ਔਖਾ ਸਾ ਜੀ ਸਾਨੂੰ ਕੋਈ ਵੀ ਕੰਮ ਕਰਾਉਣ ਜਾਣਾ ਪੈਂਦਾ ਪਿੰਡ ਦਾ ਹੀ ਜਲੰਧਰ ਜਾਵਾਂਗੇ ਹੁਣ ਸਾਡਾ ਨਵੇਂ ਸ਼ਹਿਰ ਹੋ ਜਾਂਦਾ ਹਾਂਜੀ ਆ ਬੰਗੀ ਵੀ ਸੁਵਿਧਾ ਸੈਂਟਰ ਬੰਗਾ ਵੀ ਹੋ ਗਿਆ ਇੱਥੇ ਕੰਮ ਵੀ ਹੋਈ ਜਾਂਦੇ ਸਾਡੇ ਬਹੁਤ ਧਾਰਮਿਕ ਸਥਾਨ ਇੱਥੇ ਜੀ ਆਪਣੇ ਸ਼ਿਵਾ ਦਾ ਮੰਦਿਰ ਆ ਇੱਕ ਤਾਂ ਆ ਬਾਬੇ ਬਾਲਕ ਨਾਥ ਦਾ ਮੰਦਿਰ ਆ ਜੀ ਬਾਕੀ ਸਿੰਘ ਸਭਾ ਗੁਰਦੁਆਰਾ ਆ ਤੇ ਹੋਰ 2-3 ਪੰਚਾਇਤੀ ਗੁਰਦੁਆਰਾ ਇੱਕ ਹੋਰ ਮਹਾਂਪੁਰਸ਼ਾਂ ਦਾ ਗੁਰਦੁਆਰਾ ਇੱਕ ਸੰਤ ਬਾਬਾ ਕਨੱਈਆ ਸਿੰਘ ਦਾ ਗੁਰਦੁਆਰਾ ਜੀ ਬੜਾ ਉੱਥੇ 24 ਘੰਟੇ ਲੰਗਰ ਚੱਲਦਾ ਇੱਕ ਇੱਧਰ ਬਾਬੇ ਢੇਰੂ ਦਾ ਆ ਉੱਥੇ ਸ਼ਰਾਬ ਵਗੈਰਾ ਚੜ੍ਹਦੀ ਆ ਬੱਕਰੇ ਵਗੈਰਾ ਚੜ੍ਹਦੇ ਆ ਨਹੀਂ ਬਾਬਾ ਢੇਰੂ ਆ ਜੀ ਬਾਬਾ ਢੇਰੂ ਜੀ ਆ ਲੋਕਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਜੀ ਆਪਣਾ ਸੁੱਖ ਦਾ ਸਭ ਕੁਝ ਹੁੰਦਾ ਸਾਰਾ ਪਿੰਡ ਇੱਕ ਦੂਜੇ ਨਾਲ ਮਿਲ ਵਰਤ ਕੇ ਰਹਿੰਦਾ ਸਾਰੇ ਇੱਕ ਦੂਜੇ ਜਾਂਦੇ ਆ ਸਾਰੇ ਗੁਰਦੁਆਰੇ 'ਚ ਹਰੇਕ ਮੰਦਰ 'ਚ ਸਾਲ ਬਾਅਦ ਉੱਥੇ ਸਾਲ 'ਚ 2 ਵਾਰੀ ਸੰਤ ਬਾਬਾ ਕਨੱਈਆ ਸਿੰਘ ਦੇ ਪੂਰਾ ਮੇਲਾ ਲੱਗਦਾ ਬਹੁਤ ਭਾਰਾ ਹਾਂਜੀ ਬਹੁਤ ਭਾਰਾ ਮੇਲਾ ਲੱਗਦਾ ਆਲੇ ਦੁਆਲੇ ਪਿੰਡਾਂ ਤੋਂ ਬਹੁਤ ਢਾਡੀ ਜਥੇ ਕੀਰਤਨ ਸਭ ਆਉਂਦੇ ਆ ਭਾਜੀ ਕੀ ਕਹੋਗੇ ਪਿੰਡ ਪਠਲਾਵੇ ਬਾਰੇ ਕਿਹੋ ਜਿਹਾ ਤੁਹਾਡਾ ਪਿੰਡ ਪਠਲਾਵਾ ਭਾਜੀ ਪਿੰਡ ਸਾਡਾ ਨਵਾਂ ਸ਼ਹਿਰ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਜੀ ਹਾਂਜੀ ਪਿੰਡ ਸਾਡਾ ਬਹੁਤ ਵਧੀਆ ਜੀ
ਬਹੁਤ ਜਾਣ ਕੇ ਪਿੰਡ ਸਫਾਈ ਹੈ ਜੀ, ਬਹੁਤ ਵਧੀਆ ਪਿੰਡ ਹੈ, ਆਉਂਦਿਆਂ ਨੂੰ ਪਿੰਡ ਤੋਂ ਪਤਾ ਲੱਗ ਜਾਂਦਾ ਜੀ, ਪਤਾ ਲੱਗ ਜਾਂਦਾ ਹਾਂਜੀ, ਚਾਰ ਸਵੇਰੇ ਦਰਖਤ ਲੱਗੇ ਹੋ ਰੋਡ 'ਤੇ ਇੱਥੇ ਦੀ ਹੈ ਹਾਂਜੀ, ਸਾਡੇ ਪਿੰਡ ਦੀ ਸੰਸਥਾ ਹੈ ਕਾਨੂੰਨ ਸਭੇ ਸੇਵੀ ਸੰਸਥਾ ਜੀ, ਪਿੰਡ ਤੋਂ ਬਾਹਰ ਜਿੱਦਾਂ ਆਉਂਦਿਆਂ ਨੂੰ ਪਤਾ ਲੱਗਦਾ ਜੀ ਦਰਖਤ ਲਾਏ ਹੋ ਬਹੁਤ ਵਧੀਆ, ਅਤੇ ਫਿਰ ਉਹਨਾਂ ਨੇ ਪਿੰਡ ਵੜਦਿਆਂ ਨੂੰ ਜਿੱਦਾਂ ਪਿੰਡ ਦੇ ਬੋਰਡ ਲੱਗੇ ਹੋ ਆ ਜੀ, ਹਾਂਜੀ ਹਾਂਜੀ, ਉਹ ਬੋਰਡ ਲੱਗੇ ਆ ਵਧੀਆ ਸੰਸਥਾ ਵਾਲਿਆਂ ਨੇ ਲਾਏ ਹੋ ਆ ਜੀ, ਹਾਂਜੀ, ਤੇ ਮਤਲਬ ਬਹੁਤ ਭਲਾਈ ਦੇ ਕੰਮ ਕਰ ਰਹੀ ਹੈ? ਹਾਂਜੀ ਬਹੁਤ ਭਲਾਈ ਦੇ ਕੰਮ ਕਰ ਰਹੀ ਹੈ ਸੰਸਥਾ ਜੀ, ਇੱਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਰਜਿਸਟਰਡ ਵਾ, ਉਹ ਸਾਰੇ ਦਰਖਤ ਦਰੁਖਤ ਜੋ ਕੋਈ ਵੀ ਪਿੰਡ ਦਾ ਸਾਰਾ ਕੰਮ ਉਹੀ ਕਰਦੇ ਆ, ਸੁਧਾਰ ਕਰਦੇ ਆ ਸਾਰਾ, ਬਹੁਤ ਮੈਂ ਕਹਿੰਦਾ ਲੋੜਵੰਦਾਂ ਦੀ ਮਦਦ ਬਹੁਤ ਮਦਦ ਕਰਦੇ ਆ, ਸਾਲ ਬਾਅਦ ਉਹਨਾਂ ਨੇ 100 ਮਸ਼ੀਨ ਵੰਡਣੀ ਆ, ਸਿਲਾਈ ਮਸ਼ੀਨ ਟਰਾਈ ਸਾਈਕਲ ਵੰਡਣੇ ਆ, ਅੱਛਾ ਜੀ, ਬਾਕੀ ਫਿਰ ਹੋਰ ਜਿਹੜਾ ਸਾਰਾ ਪ੍ਰੋਗਰਾਮ ਪਿੰਡ 'ਚ ਕਰਦੇ ਹੀ ਰਹਿੰਦੇ ਕੁਛ ਨਾ ਕੁਛ ਕਰਦੇ, ਆਹੋ ਪਿੰਡ ਦੇ ਵੀ ਹੈਗੇ ਬਥੇਰੇ ਆ, ਸਾਡਾ ਅੱਧਾ ਪਿੰਡ ਤੇ ਜ਼ਿਆਦਾ ਤੱਕੇ ਹੋਏ ਆ, ਬਾਹਰ ਭੇਜਦੇ ਰਹਿੰਦੇ ਪੈਸੇ ਪੂਹੇ ਕਰਦੇ ਰਹਿੰਦੇ, ਮਦਦ ਕਰਦੇ ਆ ਪੂਰੀ, ਹਾਂ ਪੂਰੀ ਮਦਦ ਕਰਦੇ ਆ, ਵਧੀਆ ਸਾਡੇ ਪਿੰਡ ਦੇ ਵਿੱਚ ਮਾਹੌਲ ਵਧੀਆ ਆ, ਕੋਈ ਕਿਸੇ ਨਾਲ ਇੱਕ ਦੂਜੇ ਨਾਲ ਕੋਈ ਲੜਾ ਝਗੜਾ ਨਹੀਂ, ਕੋਈ ਗੱਲ ਨਹੀਂ ਬਾਤ ਨਹੀਂ ਹੈ, ਬਹਿ ਕੇ ਜਿਹੜੀ ਗੱਲ ਆਪਣੀ ਨਜਿੱਠ ਲੈਂਦੇ ਆ, ਪਿੰਡ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਬਹੁਤ ਹੈ, ਹਾਂਜੀ ਭਾਅ ਜੀ ਆਪਸੀ ਸਾਂਝ ਬਹੁਤ ਆ ਜੀ, ਰਲ ਮਿਲ ਕੇ ਜੋ ਵੀ ਪ੍ਰੋਗਰਾਮ ਹੁੰਦਾ ਧਾਰਮਿਕ, ਸਾਰੇ ਪਿੰਡ ਰਲ ਮਿਲ ਕੇ ਸਹਿਯੋਗ ਨਾਲ ਪਿੰਡ ਦੇ ਨਾਲ ਪ੍ਰੋਗਰਾਮ ਸਾਰਾ ਧਾਰਮਿਕ ਹੁੰਦੇ ਆ ਜੀ, ਜੀ ਹਾਂਜੀ, ਪਿੰਡ ਦੇ ਨੌਜਵਾਨ ਵੀ ਜਿੱਦਾਂ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਨਸ਼ਿਆਂ ਦਾ ਜ਼ੋਰ ਬੜਾ ਹੈਗਾ, ਤੁਹਾਡੇ ਪਿੰਡ ਦੇ ਵਿੱਚ ਨਹੀਂ ਹੈਗਾ ਕਹਿੰਦੇ ਘੱਟ ਇੱਦਾਂ? ਹਾਂਜੀ ਸਾਡੇ ਪਿੰਡ ਨਹੀਂ ਹੈਗਾ ਜੀ, ਸਾਡੇ ਪਿੰਡ ਜਿੱਦਾਂ ਜਿੰਮ ਵੀ ਹੈਗਾ ਜੀ ਬਹੁਤ ਵਧੀਆ ਆ, ਅਤੇ ਗਰਾਊਂਡ ਫੁੱਟਬਾਲ ਖੇਲਦੇ ਆ ਨੌਜਵਾਨ ਵਧੀਆ ਜੀ, ਟੀਮ ਵੀ ਸਾਡੇ ਪਿੰਡ ਦੀ ਵਧੀਆ ਫੁੱਟਬਾਲ ਦੀ ਜੀ, ਅੱਛਾ ਜੀ ਹਾਂਜੀ, ਫਿਰ ਤਾਂ ਨੌਜਵਾਨ ਇਹ ਹੈ ਨਸ਼ਿਆਂ ਤੋਂ ਰਹਿਤ, ਨਸ਼ਿਆਂ ਤੋਂ ਰਹਿਤ ਹੀ ਆ ਜੀ, ਨਸ਼ੇ ਨਹੀਂ ਕੋਈ ਸਾਡੇ ਸਾਡੇ ਨਹੀਂ, ਨਾ ਕੋਈ ਵੇਚਣ ਵਾਲੇ ਆ ਅਤੇ ਨਾ ਕੋਈ ਖਾਣ ਵਾਲੇ ਆ, ਸਾਨੂੰ ਤਾਂ ਦਿਸਿਆ ਨਹੀਂ ਅੱਜ ਤਾਈਂ, ਹੈਂ ਸਾਡੇ ਮੁਹੱਲੇ ਸੀਗੇ ਇੱਕ ਦੋ ਕੁ ਮੁੰਡੇ, ਹੁਣ ਤਾਂ ਉਹ ਵੀ ਨਹੀਂ ਕਦੇ ਹੈ, ਅੱਗੇ ਘੁੱਲਾ ਸਰਹਾਲੇ ਵਾਲੇ ਦੀਆਂ ਕੈਸਟਾਂ ਆਦੀਆਂ ਹੁੰਦੀਆਂ ਸੀਗੀਆਂ ਜੀ, ਉਹਨਾਂ 'ਚ ਵੀ ਤੁਹਾਡੇ ਪਿੰਡ ਦਾ ਕਿਸੇ ਦਾ ਯੋਗਦਾਨ ਹੁੰਦਾ ਸੀ? ਹਾਂਜੀ ਸਾਡੇ ਪਿੰਡ ਦੇ ਸੀਗੇ, ਹਾਂਜੀ ਹਰਬੰਸ ਪਟਲਾਵਾ ਜੀ, ਹਾਂਜੀ ਇਹ ਵੀ ਬੜੀਆਂ ਪੀਰਾਂ ਦੀਆਂ ਆਦੀਆਂ ਹੁੰਦੀਆਂ ਸੀ, ਡੈਥ ਹੋ ਗਈ ਉਹਨਾਂ ਦੀ, ਅੱਛਾ ਹਾਂਜੀ, ਵਧੀਆ ਸੀ ਉਹ, ਰੇਡੀਓ ਤੇ ਆਉਂਦੇ ਹੁੰਦੇ ਸੀ ਉਹਨਾਂ ਦਾ ਪ੍ਰੋਗਰਾਮ ਬਹੁਤ ਵਧੀਆ, ਹਾਂ ਉਹਨਾਂ ਦਾ ਪ੍ਰੋਗਰਾਮ ਮਤਲਬ ਕਹਿਣ ਦਾ ਉਹ ਆਪਣੇ ਕੈਸਟਾਂ ਹੁੰਦੀਆਂ ਸੀਗੀਆਂ ਉਹਨਾਂ ਦੀਆਂ, ਸੀਆਂ ਕੈਸਟਾਂ ਹੀ ਸੀਗੀਆਂ ਉਹਨਾਂ ਦੀਆਂ, ਕੈਸਟਾਂ ਚੱਲਦੀਆਂ ਬਹੁਤ ਬਹੁਤ ਕੈਸਟਾਂ ਸੀਗੀਆਂ, ਗਾਉਂਦੇ ਸੀਗੇ ਉਹ, ਗਾਉਂਦੇ ਕਈ ਸੱਦ ਵੀ ਲੈਂਦੇ ਸੀ ਆਪਣੇ ਪ੍ਰੋਗਰਾਮਾਂ 'ਚ, ਉਹਨਾਂ ਨੂੰ ਸੱਦਦੇ ਵੀ ਸੀਗੇ ਜਿੱਦਾਂ ਕੋਈ ਧਾਰਮਿਕ ਪ੍ਰੋਗਰਾਮ ਹੋਏ ਉਹਨਾਂ ਦੇ, ਹਾਂ ਸੱਦ ਲੈਂਦੇ ਸੀ ਉਹਨਾਂ ਨੂੰ, ਕਰਦੇ ਸੀ ਵਧੀਆ ਪ੍ਰੋਗਰਾਮ ਕਰਦੇ। ਕਿੰਨਾ ਕੁ ਮਤਲਬ ਕਹਿਣ ਦਾ ਹੁਣ ਹੈ ਉਹ ਇਸ ਵੇਲੇ? ਨਹੀਂ ਜੀ ਹੁਣ ਹੈ ਨਹੀਂ ਗੇ ਜੀ, ਉਹਨਾਂ ਦੀ ਡੈਥ ਹੋ ਗਈ, ਹਾਂਜੀ ਦੁਨੀਆ 'ਤੇ ਹੈ ਨਹੀਂ, 2 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਜੀ। ਅੱਛਾ ਜੀ ਹਾਂਜੀ, ਪਰ ਫਿਰ ਵੀ ਉਹਨਾਂ ਦਾ ਵੀ ਕਾਫੀ ਨਾਂ ਸੀ ਇਸ ਪਿੰਡ 'ਤੇ? ਹਾਂਜੀ ਕਾਫੀ ਨਾਂ ਸੀਗਾ ਜੀ ਪਿੰਡ ਦੇ ਕਲਾਕਾਰ, ਆਲੇ ਦੁਆਲੇ ਬਾਹਰ ਏਰੀਏ 'ਚੋਂ ਕਈ ਵਾਰ ਸਾਨੂੰ ਪੁੱਛਦੇ ਕਿਹੜਾ ਪਿੰਡ ਪਟਲਾਵਾ, ਉਹ ਕਹਿੰਦੇ ਹਰਬੰਸ ਪਟਲਾਵੇ ਦਾ ਪਿੰਡ ਜੀ, ਕਾਮਰੇਡ ਮਸ਼ਹੂਰ ਸੀਗਾ, ਗਾਉਂਦੇ ਵਧੀਆ ਗਾਉਂਦੇ ਸੀ, ਸਾਰੇ ਧਾਰਮਿਕ ਵੀ ਦੂਜੇ ਵੀ ਸਾਰੇ ਕਾਮਰੇਡਾਂ ਵਾਲਾ ਵੀ ਕੰਮ ਮੋਹਰੇ ਹੋ ਕੇ ਕਰਦੇ ਸੀ, ਨਾਟਕ ਵੀ ਕਰਦੇ ਰਹੇ ਆ, ਇੰਦਰਾ ਗਾਂਧੀ ਬਣਦਾ ਰਿਹਾ ਆ, ਉਹ ਕੰਮ ਬਥੇਰੇ ਸਾਰੇ ਕੰਮ ਉਹਨੇ ਵੇਲੇ ਆ, ਸਭ ਕੁਛ ਕਰਦਾ। ਹੋਰ ਵੀ ਨਾਮਵਾਰ ਸ਼ਖਸੀਅਤਾਂ ਹੋਣੀਆਂ ਹੈ ਪਿੰਡ ਦੇ ਵਿੱਚ ਜਿਨ੍ਹਾਂ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੋਵੇ? ਸੰਤ ਸਾਡੇ ਬਾਹਰ ਹੈਗੇ, ਸੰਤ ਬ੍ਰਹਮ ਗਿਆਨੀ ਸੰਤ ਕਨ੍ਹੱਈਆ ਸਿੰਘ ਜੀ ਹੋਏ ਆ ਪਿੱਛੇ, ਉਹਨਾਂ ਦਾ ਬਾਹਰਲੇ ਪਾਸੇ ਗੁਰਦੁਆਰਾ ਹੈਗਾ, ਬੜਾ ਬੜੀ ਮਾਨਤਾ ਉਹਨਾਂ ਦੀ, ਬਹੁਤ ਮਾਨਤਾ, ਦੂਰੋਂ ਦੂਰੋਂ ਆਉਂਦੇ ਆ, ਬਹੁਤ ਮਾਨਤਾ ਹੈ ਉਹਨਾਂ ਦੀ। ਬਾਕੀ ਸਾਡੇ ਪਿੰਡ ਵਿੱਚ ਹੋਰ 5 ਗੁਰਦੁਆਰੇ ਹੈਗੇ ਆ, ਗੁਰੂ ਘਰ ਹੈਗੇ ਆ 2, ਸਾਡਾ ਵੀ ਹੈਗਾ ਇੱਥੇ ਨਾਲੇ, ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਦਾ ਗੁਰਦੁਆਰਾ ਆ, ਜਿੱਦਾਂ ਧਰਮ ਆਪਣੇ ਜੰਜ ਘਰ ਆ, ਹਾਂਜੀ, ਅਤੇ ਹੁਣ ਜਿੱਦਾਂ ਪ੍ਰੋਗਰਾਮ ਕਰੀਦਾ ਅਸੀਂ, ਬਾਬਾ ਸਾਹਿਬ ਦਾ ਆਉਣਾ 14 ਅਪ੍ਰੈਲ ਨੂੰ ਸਾਡੇ ਪ੍ਰੋਗਰਾਮ ਹੋਣਾ, ਇੱਥੇ ਨਾਟਕ ਦਾ ਆਪਾਂ ਕਰਨਾ ਜੀ, ਹਾਂਜੀ ਪ੍ਰੋਗਰਾਮ ਕਰੀਦਾ ਜੀ, ਹਰੇਕ ਜਿੱਦਾਂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ, ਨਗਰ ਕੀਰਤਨ ਪਿੰਡ ਦੇ ਸਹਿਯੋਗ ਨਾਲ, ਹਾਂਜੀ ਸੱਜਦੇ, ਹਾਂਜੀ ਵਧੀਆ, ਹਾਂਜੀ ਵਧੀਆ, ਬਹੁਤ ਵਧੀਆ, ਹਾਂਜੀ। ਪੁਰਾਣਾ ਸਰਪੰਚ ਹੋਇਆ ਸਰਦਾਰ ਅਵਤਾਰ ਸਿੰਘ, ਹੁਣ ਵੀ ਹੈਗਾ ਆ, ਉਹ ਬੜੀ ਸੇਵਾ ਕਰਦਾ ਆ ਪਿੰਡ ਦੇ ਵਿੱਚ, ਹਰ ਇੱਕ ਚੀਜ਼ ਨੂੰ ਸਾਡੇ ਨਗਰ ਕੀਰਤਨ ਕਰਦੇ, ਉਹਨੂੰ ਮੋਹਰੇ ਹੋ ਕੇ ਸਾਰਾ ਪ੍ਰੋਗਰਾਮ ਕਰਨਾ ਆ, ਜਾਂ ਸਾਡੇ ਹੈਗੇ ਆ ਸਿੰਘ ਸਾਹਿਬ, ਨਾਂਗ ਸਿੰਘ ਜੀ, ਸਵਾਨਜੀਤ ਸਿੰਘ ਜੀ, ਹਾਂਜੀ, ਪਿੰਡ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਬਹੁਤ ਹੈ, ਚਾਹੀਦੀ ਵੀ ਇੱਦਾਂ ਹੀ ਹੈ, ਬਹੁਤ ਬਹੁਤ ਹੈ, ਕੋਈ ਦੂਜ ਦਾਜ ਨਹੀਂ ਕਿਸੇ ਦੇ ਨਾਲ ਹੈ। ਅੱਛਾ ਜੀ, ਬਹੁਤ ਵਧੀਆ ਹੈ, ਅਤੇ ਨੌਜਵਾਨ ਵੀ ਕਾਫੀ ਕਹਿੰਦੇ ਵਿਦੇਸ਼ਾਂ ਨੂੰ ਚਲੇ ਗਏ? ਬਹੁਤ ਗਏ ਆ ਵਿਦੇਸ਼ਾਂ ਨੂੰ, ਥੋੜ੍ਹੇ ਗਏ ਹੋਏ ਆ, ਬਹੁਤ ਗਏ ਹੋਏ ਮੁੰਡੇ ਸਾਡੇ, ਇੱਥੇ ਤਾਂ ਥੋੜ੍ਹੇ ਹੀ ਰਹਿ ਗਏ ਆ, ਹੁਣ ਟੱਬਰੇ ਗਏ ਹੋਏ ਆ, ਜ਼ਮੀਨਾਂ ਹੁਣ ਤਾਂ ਜ਼ਮੀਨਾਂ ਵੇਚਣ ਲੱਗ ਪਏ ਆ,
ਮਕਾਨ ਮਕੂਨ ਕੋਠੀਆਂ ਕਾਠੀਆਂ ਵੇਚਣ ਲੱਗ ਪਏ ਆ। ਕਿੱਦਾਂ ਕਿੱਦਾਂ ਬਜ਼ੁਰਗ? ਮੈਂ ਕਿਹਾ ਇੰਗਲੈਂਡ ਆ ਪਹਿਲੇ, ਹੁਣ ਵੇਚਣ ਲੱਗ ਪਏ ਆ। ਪਹਿਲਾਂ ਬਜ਼ੁਰਗ ਬਣਾ ਦੇ ਗਏ, ਪਹਿਲਾਂ ਬਣਾ ਦੇ ਗਏ, ਹੁਣ ਵੇਚਣ ਲੱਗ ਪਏ ਆ। ਕਈ ਘਰ ਤਾਂ ਘਰ ਵੀ ਵੇਚ ਗਏ। ਗੱਲ ਇੱਦਾਂ ਹੈ ਵੀ ਬਜ਼ੁਰਗੋ ਕਿ ਹੁਣ ਨਾ ਜਿਹੜਾ ਆਪਣੇ ਪੰਜਾਬ ਦੀ ਜਵਾਨੀ ਹੈ ਉਹ ਵਿਦੇਸ਼ਾਂ ਨੂੰ ਜਾ ਰਹੀ ਹੈ ਰੋਜੀ ਰੋਟੀ ਦੀ ਭਾਲ। ਵਿਦੇਸ਼ਾਂ ਇੱਥੇ ਸਿਆਣੇ ਆ, ਹੁਣ ਬਸ ਸਿਆਣੇ ਆ ਵੀ ਨਿਆਣੇ ਬਸ। ਇੱਥੇ ਕੰਮ ਕਿਹੜਾ ਆ? ਜਿਹੜੇ ਕੰਮ ਹੈਗੇ ਉਹ ਬਈਆਂ ਨੇ ਸਾਂਭ ਲਏ ਹੋਏ ਆ, ਇੱਥੇ ਕੰਮ ਹੈ ਨਹੀਂ। ਮੁੰਡੇ ਵਿਹਲੇ ਆ, ਉਹ ਸਾਰੇ ਹੁਣ ਬਾਹਰ ਚਲੇ ਗਏ ਆ, ਬਾਹਰ ਜਾਈ ਜਾਂਦੇ ਆ। ਇੱਥੇ ਹੈ ਨਹੀਂ ਕੰਮ, ਹੈ ਨਹੀਂ ਕੋਈ ਵੀ। ਪਰ ਅੰਕਲ ਜੀ ਜਿੱਦਾਂ ਹੁਣ ਬਜ਼ੁਰਗ ਰਹਿ ਗਏ ਆ, ਆਉਣ ਵਾਲਾ ਸਮਾਂ ਫਿਰ ਜੇ ਨੌਜਵਾਨ ਹੀ ਨਹੀਂ ਇੱਥੇ ਹੋਏ ਬਜ਼ੁਰਗਾਂ ਦੇ, ਫਿਰ ਕਿੱਦਾਂ ਹੋਊਗਾ? ਫਿਰ ਕਿੱਦਾਂ ਹੋਣੀ ਆ, ਉਹਨਾਂ ਨੂੰ ਤਾਂ ਟਾਈਮ ਤਾਂ ਆਪਣਾ ਪਾਸ ਕਰਨਾ ਹੀ ਆ। ਇੱਦਾਂ ਹੀ ਕਹਿਣਾ ਪੈਣਾ ਵੀ ਫਰਿੱਜ ਚ ਲਾ ਦੋ, ਹਜੇ ਨਹੀਂ ਆ ਹੋਣਾ। ਉਹ ਤਾਂ ਫਿਰ ਇੱਦਾਂ ਹੀ ਆ ਜੀ। ਮੁੰਡੇ ਮੁੰਡੇ ਬਾਹਰ ਗਏ, ਹੁਣ ਵੀ ਕੋਈ ਡੇਟ ਹੁੰਦੇ ਆ। ਇਹ ਵੀ ਬੜਾ ਚਿੰਤਾ ਦਾ ਵਿਸ਼ਾ ਹੈ ਜੀ ਇਹ ਤਾਂ ਵੈਸੇ ਸਾਡਾ, ਇਹ ਰੁਜ਼ਗਾਰ ਦੀ ਭਾਲ ਦੇ ਕਾਰਨ, ਕਿਉਂਕਿ ਰੋਜੀ ਰੋਟੀ ਸਰਕਾਰ ਜੇ ਪੈਦਾ ਕਰੇ ਤੇ ਨੌਜਵਾਨਾਂ ਨੂੰ ਰੁਜ਼ਗਾਰ। ਸੰਤ ਮਹਾਂਪੁਰਸ਼ ਜਿੱਥੇ ਹੈਗਾ ਆਪਣੇ ਕੁਟੀਆ ਜੀ ਗੁਰਦੁਆਰਾ, ਉੱਥੇ ਵੀ ਬਣਾਇਆ ਸਭ ਕੁਝ, ਬੜਾ ਹਸਪਤਾਲ ਬਣਾਇਆ ਬਹੁਤ ਤਕੜਾ। ਅੱਛਾ ਜੀ, ਉੱਥੇ ਹੀ ਸਾਡੀ ਡੈਡ ਬੋਡੀ ਵੀ ਰੱਖ ਸਕਦੇ ਹਾਂ ਸਭ ਕੁਝ। ਸਾਡੇ ਪਿੰਡ ਵਿੱਚ ਚਲੋ ਪਰਮਾਤਮਾ ਕਿਰਪਾ ਹੀ ਰੱਖੇ ਪੰਜਾਬ ਤੇ ਵੀ ਤੇ ਪਿੰਡ ਤੇ ਵੀ। ਹੋਰ ਬਜ਼ੁਰਗੋ ਦੱਸੋ, ਤੁਸੀਂ ਲੰਬੜਦਾਰ? ਹਾਂਜੀ। ਤੇ ਪਿੰਡ ਦੇ ਵਿੱਚ ਹੋਰ ਚੰਗੇ ਕੰਮ ਕਿਹੜੇ ਕਿਹੜੇ ਹੋਏ ਹੋ? ਤਕਰੀਬਨ ਵਧੀਆ ਹੀ ਕੰਮ ਹੋਇਆ, ਜਿੰਨਾ ਕੁ ਹੋਇਆ। ਤੁਹਾਡੇ ਵੀ ਬੱਚੇ ਬਾਹਰ ਗਏ ਹੋ? ਹਾਂ ਬਾਹਰ ਗਏ। ਸਾਰੇ ਬਾਹਰ? ਨਹੀਂ, ਇੱਕ ਇੱਥੇ ਆ, ਤਿੰਨ ਬਾਹਰ ਆ। ਅੱਛਾ ਜੀ, ਹੈ ਨਾ ਪਿਤਾ ਜੀ ਤੁਹਾਡੇ? ਹਾਂਜੀ, ਮੇਰੇ ਪਿਤਾ ਜੀ। ਬਹੁਤ ਵਧੀਆ। ਨੰਬਰਦਾਰ ਤਿੰਨ ਲੜਕੇ ਇਹਨਾਂ ਦੇ ਬਾਹਰ ਆਏ ਦਿੱਲੀ ਦੇ ਵਿੱਚ। ਅੱਛਾ, ਤਿੰਨ ਲੜਕੇ। ਭਾਅ ਜੀ ਕੀ ਕਹੋਗੇ ਪਿੰਡ ਪਠਲਾਵੇ ਬਾਰੇ? ਦੇ ਦੇਖੋ ਜੀ, ਸਾਡਾ ਪਿੰਡ ਪਠਲਾਵਾ ਬਹੁਤ ਵਧੀਆ ਆ ਜੀ। ਸੜਕਾਂ ਦੇਖ ਲਓ ਤੁਸੀਂ, ਆਲੇ ਦੁਆਲਾ ਘੁੰਮ ਕੇ ਦੇਖ ਲਓ ਪਿੰਡ 'ਚ ਜੀ। ਅਤੇ ਸਾਡੇ ਗੁਰੂ ਘਰ ਹੈਗੇ ਬਾਹਰ ਵੱਡੇ ਜੀ, ਕੁਟੀਆ ਉੱਥੇ ਆਪਣੇ ਦੁਆ ਬਣਿਆ ਹੋਇਆ ਹਸਪਤਾਲ, ਹੋਸਪਿਟਲ ਹੈ ਬੜਾ। ਹਾਂਜੀ, ਬਹੁਤ ਵਧੀਆ ਆ, ਸੁਵਿਧਾ ਜਾਣੀ ਕਿ ਸੁਵਿਧਾ ਸਾਰੀ ਆ ਜੀ। ਤੁਸੀਂ ਦੇਖ ਲਓ ਲਾਈਟਾਂ ਲੱਗੀਆਂ ਰੋਡਾਂ 'ਤੇ, ਦਰਖਤ ਦੇਖ ਲਓ ਜੀ, ਸਾਰਾ ਕੁਛ ਵਧੀਆ ਆ। ਜਾਣੀ ਕਿ ਪੰਚਾਇਤ ਵੀ ਸਾਡੇ ਪਿੰਡ ਦੀ ਬਹੁਤ ਵਧੀਆ ਆ ਸਾਰੇ, ਮਤਲਬ ਹਾਂਜੀ ਇੱਦਾਂ ਬਿਲਕੁਲ, ਹਰ ਇੱਕ ਬੰਦਾ ਡਿਵੈਲਪਮੈਂਟ ਕਰ, ਡਿਵੈਲਪਮੈਂਟ ਵਿੱਚ ਸਾਥ ਹੈ, ਸਾਥ ਹੈ। ਹਾਂ, ਤੇ ਐਨਆਰਆਈਆਂ ਦਾ ਵੀ ਕਹਿੰਦੇ? ਸਾਰੇ ਐਨਆਰਆਈਆਂ ਦਾ ਬਹੁਤ ਸੰਯੋਗ ਹੈ, ਠੀਕ ਹੈ, ਮੈਚ ਕਰਾਉਂਦੇ ਹੈ, ਸਾਰੇ ਕੁਛ, ਸਾਰਾ ਕੁਛ ਹੁੰਦਾ। ਤੇ ਹਾਂਜੀ, ਮੈਂ ਫੁੱਟਬਾਲ ਦੀ, ਫੁੱਟਬਾਲ ਦੇ ਮੈਚ ਹੁੰਦੇ ਆ। ਅੱਛਾ ਜੀ, ਤੇ ਸਾਰਾ ਕੁਛ ਹੁੰਦਾ ਆ। ਟੀਮ ਵੀ ਹੋਣੀ? ਹਾਂਜੀ ਹਾਂਜੀ, ਟੀਮ ਵੀ ਹੈਗੀ। ਅੱਜ ਵੀ ਮੈਚ ਆ ਸਾਡਾ ਗੋਬਿੰਦਪੁਰ ਚੱਲਣਾ, ਹੁਣ ਮੈਚ ਚੱਲ ਰਿਹਾ ਇਹ ਟੀਮ ਦਾ, 3 ਵਜੇ ਚੱਲਣਾ, ਤੇ ਬਹੁਤ ਵਧੀਆ ਆ। ਮਤਲਬ ਕਹਿਣ ਦਾ ਟੀਮ ਹਾਂਜੀ, ਮਤਲਬ ਫੁੱਟਬਾਲ ਦੀ? ਹਾਂਜੀ, ਫੁੱਟਬਾਲ ਦੀ ਟੀਮ ਸਾਡੇ ਬਹੁਤ ਵਧੀਆ ਆ। ਹਾਂਜੀ, ਬਹੁਤ ਨਾਮ ਵਗੈਰਾ ਜਿੱਤਦੇ ਹੋਣੇ? ਹਾਂਜੀ ਹਾਂਜੀ, ਨਾਮ ਲਿਆਂਦੇ ਆ, ਨਿਆਣੇ ਬਾਹਰੋਂ ਲਿਆਂਦੇ ਆ, ਠੀਕ ਹੈ, ਬਹੁਤ ਵਧੀਆ ਆ। ਹਾਂਜੀ, ਕੀ ਕਹੋਗੇ ਭਾਜੀ ਪਿੰਡ ਬਾਰੇ, ਕਿਹੋ ਜਿਹਾ ਪਿੰਡ? ਬਹੁਤ ਵਧੀਆ ਹੈ ਜੀ। ਪਿੰਡ ਖਾਸੀਅਤ ਕੀ ਆ ਤੁਹਾਡੇ ਪਠਲਾਵੇ ਦੀ? ਖਾਸੀਅਤ ਆਪਣੇ ਧਾਰਮਿਕ ਜਗ੍ਹਾ ਬਹੁਤ ਸੋਹਣੀ ਆ ਜੀ, ਤੇ ਆਪਣੇ ਪੀਰ ਨਿਮਾਣੇ ਸ਼ਾਹ ਦਾ ਵੀ ਬਹੁਤ ਸੰਯੋਗ ਆ, ਜਗ੍ਹਾ ਬਹੁਤ ਸੋਹਣੀ ਹਾਲੇ ਜੀ ਬਣੀ ਹੋਈ ਹੈ ਜੀ, ਸਾਰੇ ਜਾਣੀ ਕਿ ਨਮਸਕਾਰੀ ਕਰਦੇ ਆ, ਆਪਸੀ ਭਾਈਚਾਰਕ ਸਾਂਝ ਬਹੁਤ ਹੈ, ਬਹੁਤ ਸਾਂਝ ਆ ਜੀ, ਕੋਈ ਵੀ ਕਿਸੇ ਨਾਲ ਵੈਰ ਵਿਰੋਧ ਨਹੀਂ ਹੈਗਾ, ਸਾਰਿਆਂ ਨੂੰ ਇੱਕ ਦੂਜੇ ਨਾਲ ਪਿਆਰ ਨਾਲ ਮਿਲਦੇ ਆ, ਪਿਆਰ ਮੁਹੱਬਤ। ਹਾਂਜੀ, ਡਿਵੈਲਪਮੈਂਟ ਵੀ ਭਾਜੀ ਚੰਗੇ ਪੱਖੋਂ, ਜਦੋਂ ਆਓ ਅੰਦਰ ਵੜੋ ਤਾਂ ਪਤਾ ਲੱਗ ਜਾਂਦਾ ਕਿ ਸਾਡੇ ਪਿੰਡ ਦੀ ਬਾਹਰੋਂ ਪਤਾ ਲੱਗ ਜਾਂਦਾ ਡਿਵੈਲਪਮੈਂਟ ਕਿੰਨੀ ਕੁ ਹੋਈ ਹੋਈ ਆ ਚੰਡੀਗੜ੍ਹ 'ਚ। ਹਾਂਜੀ ਹਾਂਜੀ, ਹਾਂ ਉਹੀ ਚੀਜ਼ ਬਣੀ ਹੈ, ਇੱਧਰ ਉੱਚੇ ਲਧਾਣੇ ਨੂੰ ਚਲ ਜਾਓ ਤੁਸੀਂ, ਉੱਧਰ ਤੱਕ ਦਰਖਤ ਲਾਈਟਾਂ ਲੱਗੀਆਂ, ਇੱਧਰ ਪੱਦੀ ਨੂੰ ਚਲ ਜਾਓ ਇੱਧਰ ਦਰਖਤ ਲੱਗੇ ਆ, ਮੋਰਾ ਵਾਲੀ ਨੂੰ ਚਲ ਜਾਓ ਉੱਧਰ ਦਰਖਤ ਲੱਗੇ ਆ, ਐਵੇਂ ਨੂੰ ਚਲ ਜਾਓ ਇੱਧਰ ਦਰਖਤ ਲੱਗੇ ਆ, ਸਾਰੇ ਪਾਸੇ ਦਰਖਤ ਹੀ ਦਰਖਤ ਆ ਸਾਡੇ। ਜਾਣੀ ਕਿ ਇੱਕ ਨੂਰ ਸੰਸਥਾ ਸਾਡੇ ਜਿੰਨੇ ਵੀ ਦਰਖਤ ਇਹ ਲਾਉਂਦੇ ਆ, ਇਹਨਾਂ ਵੱਲੋਂ ਪ੍ਰਕਿਰਤੀ ਬਹੁਤ ਵਧੀਆ ਵਾਤਾਵਰਨ ਨੂੰ ਬਚਾਉਣ ਦੇ ਲਈ। ਮੈਂ ਕਹਿੰਦਾ ਏਕ ਨੂਰ ਦਾ ਵਾਤਾਵਰਨ, ਇੰਨਾ ਸੰਸਥਾ ਹੈ ਜਿਹੜੇ ਦੇਖਣ ਨੂੰ, ਇੱਕ ਚੀਜ਼ ਨੋਟ ਕੀਤੀ ਹੈ ਕਿ ਏਕ ਨੂਰ ਸੰਸਥਾ ਹੈ ਜਿਹੜੀ ਹੈ ਕਿ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਪਹਿਲ ਕਦਮੀ ਹੈ। ਹਾਂਜੀ, ਪਹਿਲ ਹੈ ਜੀ, ਤੇ ਪਿੰਡ ਵਾਲੇ ਵੀ ਪੂਰਾ ਸਹਿਯੋਗ ਦਿੰਦੇ ਨੇ ਬਹੁਤ ਜ਼ਿਆਦਾ, ਪਿੰਡ ਵਾਲੇ ਵੀ ਕਰਦੇ ਆ ਨਾਲ, ਨਾਲ ਰਲ ਕੇ ਕਰਦੇ ਆ, ਸਾਰਾ ਕੁਛ ਹੋ ਰਿਹਾ, ਕਿਉਂਕਿ ਅੱਜ ਜੇ ਦੇਖਿਆ ਜਾਵੇ ਮਸ਼ੀਨਾਂ ਵੰਡਦੇ ਆ, ਕਦੀ ਸਾਈਕਲ ਵੰਡਦੇ ਆ, ਅੰਗਹੀਣਿਆਂ ਨੂੰ ਸਾਈਕਲ ਵੀ ਵੰਡਦੇ ਆ, ਲੋੜਵੰਦਾਂ ਨੂੰ, ਜੋਨੂੰ ਜਿਹਨੂੰ ਵੀ ਕੋਈ ਚੀਜ਼ ਚਾਹੀਦੀ ਉਹਨੂੰ ਦੁਆ ਕਰਕੇ ਦਿੰਦੇ ਹੱਲ ਕਰਕੇ। ਆਹ ਤਾਂ ਬਹੁਤ ਵੱਡਾ ਉਪਰਾਲਾ, ਕਿਉਂਕਿ ਜਿਹੜੇ ਦਰਖਤ ਹੋਏ ਨਾ ਜੀ, ਉਹ ਦਿਨ ਬ ਦਿਨ ਘੱਟ ਹੁੰਦੇ ਜਾ ਰਹੇ ਆ, ਜੇਕਰ ਇਹ ਆਕਸੀਜਨ ਅਸੀਂ ਮੁੱਲ ਲੈਣੀ ਹੋਵੇ ਫਿਰ ਤਾਂ ਲੱਖਾਂ ਰੁਪਈਆਂ ਦੀ ਮਿਲੇ ਨਹੀਂ ਮਿਲਦੀ ਜੀ, ਪਰ ਕੁਦਰਤੀ ਤੌਰ ਤੇ ਇਹਨੂੰ ਬਚਾਉਣਾ ਸਾਡਾ ਵੀ ਫਰਜ਼। ਸਾਡੇ ਦਰਖਤ ਸਾਰੇ ਹੀ ਜਾਣੀ ਕਿ ਜਿੱਥੇ ਵੀ ਲੋੜ ਪੈਂਦੀ ਉੱਥੇ ਦਰਖਤ ਲੱਗਦੇ ਆ, ਬਹੁਤ ਵਧੀਆ। ਹਾਂਜੀ, ਇਹ ਏਕ ਨੂਰ ਸੰਸਥਾ ਹੀ? ਏਕ ਨੂਰ ਸੰਸਥਾ ਲਓ, ਬਹੁਤ ਵਧੀਆ ਕੰਮ। ਹਾਂਜੀ, ਬਹੁਤ ਸੋਹਣਾ ਨਹੀਂ ਕੀਤਾ ਉਪਰਾਲਾ, ਬਹੁਤ ਸੋਹਣਾ ਆ, ਚੱਲਦਾ ਕੰਮ, ਤੇ ਪਿੰਡ ਵੀ ਵਧੀਆ ਸੁਥਰਾ ਆ ਸਾਡੇ।